ਲੈ ਜਾਣੇ ਖਿੱਚ ਕੇ ਬਾਹਰ ਨੂੰ ਹੁੰਦਾ ਉਹਦੇ ਚ ਪੂਲ ਪਰ ਨੱਪ ਜਾਗੇ ਵਿੱਚ ਹਾਂਜੀ ਗੁਰਜੀਤ ਸਿੰਘ ਜੀ ਆਪਣੇ ਦੀਪ ਸਿੰਘ ਵਾਲੇ ਤੇ ਜੋ ਆਪਣੇ ਸਫਾਈ ਹੋ ਰਹੀ ਉਹਦੇ ਬਾਰੇ ਤੁਸੀਂ ਕੀ ਵਿਚਾਰ ਦੇ ਰਹੇ ਹੋ ਵੀਰ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋ ਕਿ ਸਾਡੇ ਪਿੰਡ ਦਾ ਦੀਪ ਸਿੰਘ ਵਾਲੇ ਸ਼ਮਸ਼ਾਨ ਘਾਟ ਸੀਗਾ ਪਹਿਲਾਂ ਬਹੁਤ ਮੰਦੀ ਹਾਲਤ ਸੀਗੀ ਸਾਰੇ ਵੀਰਾਂ ਨੇ ਸਾਰੇ ਨਗਰ ਨੇ ਸਹਿਯੋਗ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਕਿਹਾ ਵੀ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਕੰਮ ਬਣਦਾ ਆਪਣਾ ਮੇਨ ਸਥਾਨ ਇਹੀ ਆ ਲਾਸਟ ਤੇ ਹੁਣ ਆਪਾਂ ਇਹਦੀ ਸਫਾਈ ਕੀਤੀ ਜਾਵੇ ਔਰ ਕੱਲ੍ਹ ਤੋਂ ਹੀ ਸਾਰੇ ਨੌਜਵਾਨ ਵੀਰ ਬਜ਼ੁਰਗ ਸਾਡੇ ਸਾਰੇ ਲੱਗੇ ਹੋਏ ਆ ਅਤੇ ਇਹਦੀ ਸਾਂਭ ਸਫਾਈ ਕਰ ਰਹੇ ਹਾਂ ਜੀ ਅਤੇ ਇਸ ਨੂੰ ਬਹੁਤ ਵਧੀਆ ਸੋਹਣਾ ਬਣਾਇਆ ਜਾਊਗਾ ਜੀ ਇੰਟਰਲੋਕ ਲਾ ਕੇ ਫੁੱਲ ਫਲ ਲਾ ਕੇ ਬਹੁਤ ਵਧੀਆ ਇਹਨੂੰ ਦਿੱਤਾ ਜਾਊਗਾ ਜੀ ਅਤੇ ਇਹਦੇ ਵਿੱਚ ਸਾਰੀਆਂ ਪੰਚਾਇਤ ਦਾ ਪੂਰਾ ਸਹਿਯੋਗ ਆ ਜੀ ਸਾਰੇ ਨੌਜਵਾਨ ਵੀਰਾਂ ਦਾ ਜੀ ਸਾਰੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੰਮ ਅਸੀਂ ਕਰ ਰਹੇ ਹਾਂ ਜੀ ਅਤੇ ਸਾਰਿਆਂ ਵੀਰਾਂ ਨੂੰ ਹੋਰਾਂ ਨੂੰ ਵੀ ਇਸ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਜੀ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਜੀ ਸਰਪੰਚ ਸਾਹਿਬ ਅੱਜ ਅਸੀਂ ਸਾਰਾ ਨਗਰ ਰਲ ਮਿਲ ਕੇ ਸ਼ਮਸ਼ਾਨ ਘਾਟ ਦੀ ਸਫਾਈ ਕਰ ਰਹੇ ਹਾਂ ਕਿਉਂਕਿ ਮਹਾਰਾਜ ਦੀ 2 ਮਹੀਨੇ ਕਿਰਪਾ ਰਹੀ ਸਾਡੇ ਪਿੰਡ 'ਤੇ ਇਸ ਕਰਕੇ ਸਾਥੋਂ ਪਿੰਡ ਦੇ ਵਿੱਚ ਇੱਥੇ ਸ਼ਮਸ਼ਾਨ ਘਾਟ 'ਤੇ ਗੇੜਾ ਨਹੀਂ ਵੱਜਿਆ ਮਹਾਰਾਜ ਕਿਰਪਾ ਰੱਖੇ ਜੇ ਗੇੜਾ ਉਂਝ ਸਫਾਈ ਵਾਸਤੇ ਵੱਜੇ ਤਾਂ ਉਂਝ ਕਿਰਪਾ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਉਹਨੇ 2 ਮਹੀਨੇ ਕਿਰਪਾ ਰੱਖੀ ਸਾਥੋਂ ਆਇਆ ਨਹੀਂ ਗਿਆ ਘਾਹ ਬੂਟ ਬਹੁਤ ਹੋ ਗਿਆ ਸੀ ਜਿਸ ਕਰਕੇ ਸਾਨੂੰ ਆਪਣੇ ਸੇਠ ਸੋਨੂ ਕੁਮਾਰ ਦੇ ਜਿੱਦਣ ਸੰਸਕਾਰ ਸੀ ਸਾਨੂੰ ਉਹਦਣ ਬਹੁਤ ਸ਼ਰਮ ਆਈ ਵੇਖ ਕੇ ਇੱਥੇ ਵੀ ਅਸੀਂ ਕਿਉਂ ਨਹੀਂ ਗੇੜਾ ਮਾਰ ਸਕੇ ਅਤੇ ਇੰਨਾ ਗੰਦ ਕਿਵੇਂ ਹੋ ਗਿਆ ਸਾਨੂੰ ਉਹਦਾ ਬਹੁਤ ਪਛਤਾਤਾਪ ਸੀਗਾ ਹੁਣ ਸਾਰਾ ਪਿੰਡ ਅਸੀਂ ਰਲ ਕੇ ਨਗਰ ਕੋਈ ਪਾਰਟੀ ਬਾਜ਼ੀ ਨਹੀਂ ਸਾਰੇ ਭਰਾ ਇਕੱਠੇ ਹੋ ਕੇ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਅਤੇ ਸਾਰੇ ਨਗਰ ਨੂੰ ਕਹਿੰਦੇ ਹਾਂ ਇੱਥੇ ਆ ਕੇ ਜਿਵੇਂ ਜੋ ਜਿਹੜਾ ਵੀ ਕਰ ਸਕਦਾ ਜਿਵੇਂ ਵੀ ਸੇਵਾ ਕਰ ਸਕਦਾ ਉਹ ਸੇਵਾ ਕਰੀਏ ਤਾਂ ਜੋ ਆਪਾਂ ਆਪਣੇ ਪਿੰਡ ਦੇ ਸ਼ਮਸ਼ਾਨ ਘਰ ਨੂੰ ਵਧੀਆ ਬਣਾ ਸਕੀਏ।